ਤੇ ਬੜੇ ਆਰਾਮ ਨਾਲ ਚੜੀ ਜਾਂਦੀ ਹੈਗਾ ਜੀ। ਦੇਖੋ ਮੀਂਹ ਵੀ ਪੈ ਰਿਹਾ ਵਾ, ਤਾਂ ਵੀ ਮੀਂਹ ਵੀ ਪੈ ਰਿਹਾ ਤਾਂ ਵੀ ਦੇਖੋ ਕਿੰਨੇ ਪਿਆਰ ਨਾਲ ਚੜੀ ਜਾਂਦੀ ਆ। ਕਿਆ ਬਾਤਾਂ ਨੇ, ਕਿਆ ਬਾਤਾਂ ਨੇ ਮੁੰਡਿਆ। ਹਾਂਜੀ ਚੋਪਰੋ, ਕਿੱਦਾਂ ਉਹ ਸਾਰੇ ਆ ਚੁੱਕੇ ਆ ਯਾਰ ਇੱਕ ਹੋਰ ਨਵਾਂ GTA 5 ਦਾ ਗੇਮ ਪਲੇ ਲੈ ਕੇ, ਤਾਂ ਵੈਲਕਮ ਆ ਯਾਰ ਤੁਹਾਡਾ ਚੈਨਲ ਦੇ ਵਿੱਚ। ਅਤੇ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਅੱਜ ਆਪਾਂ ਚੱਲੇ ਹਾਂ ਯਾਰ, ਗੈਸ ਕਰੋ ਅੱਜ ਆਪਾਂ ਚੱਲੇ ਹਾਂ ਯਾਰ, ਆਪਣੀ ਜਿਹੜੀ ਥਾਰ ਆਪਾਂ ਮੋਡੀਫਾਈ ਕਰਾਈ ਸੀਗੀ ਵਾਈਟ ਕਲਰ ਦੀ, ਉਹਨੂੰ ਚੱਲਿਆ ਯਾਰ ਲੈ ਕੇ ਪਹਾੜ ਦੇ ਉੱਤੇ। ਆਫ ਰੋਡਿੰਗ ਟੈਸਟ ਕਰਾਂਗੇ ਉਹਦਾ, ਅਤੇ ਦੇਖਦੇ ਹਾਂ ਕੀ ਬਣਦਾ ਹੈ ਨਾ। ਵੈਸੇ ਤਾਂ ਮੀਂਹ ਮੂੰਹ ਦੇਖੋ ਮੁੰਡੇ ਪਈ ਜਾਂਦਾ, ਬਿਜਲੀ ਬੁਜਲੀ ਲਸ਼ਕੀ ਜਾਂਦੀ ਆ, ਪਤਾ ਨਹੀਂ ਕੀ ਉੱਡੀ ਜਾਂਦਾ ਨਿਗਾਹ ਨਿਗਾਹ ਜਿਹਾ। ਆਹ ਚੈੱਕ ਕਰੋ ਯਾਰ ਤੁਸੀਂ, ਓਏ ਹੋਏ ਹੋਏ ਹੋਏ। ਅਤੇ ਗਾਈਜ਼ ਅੱਜ ਆਪਾਂ ਇਹੋ ਜਿਹੇ ਮੌਸਮ ਦੇ ਵਿੱਚ ਆਪਣੀ ਥਾਰ ਦਾ ਅਸਲੀ ਟੈਸਟ ਕਰਾਂਗੇ। ਤਾਂ ਹੀ ਗਾਈਜ਼ ਮੈਂ ਇੰਨੇ ਦੇਰ ਤੋਂ ਵੀਡੀਓ ਨਹੀਂ ਬਣਾ ਰਿਹਾ ਸੀਗਾ, ਕਿਉਂਕਿ ਮੈਂ ਮੀਂਹ ਦਾ ਇੰਤਜ਼ਾਰ ਕਰਦਾ ਪਿਆ ਸੀਗਾ, ਅਤੇ ਅੱਜ ਫਾਈਨਲੀ ਮੀਂਹ ਪੈ ਚੁੱਕਾ ਵਾ। ਅਤੇ ਅੱਜ ਅਸੀਂ ਜਾਵਾਂਗੇ ਥਾਰ ਨੂੰ ਆਫ ਰੋਡਿੰਗ 'ਤੇ ਲੈ ਕੇ। ਅਤੇ ਵੀਡੀਓ ਤੁਸੀਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਪੰਜਾਬੀ ਦੋਸਤਾਂ ਦੇ ਨਾਲ। ਅਤੇ ਹੁਣ ਆਪਾਂ ਲੈ ਕੇ ਚੱਲਦੇ, ਨਾਲੇ ਤੁਹਾਨੂੰ ਥਾਰ ਦੀ ਲੁੱਕ ਦਿਖਾਉਂਦੇ ਹਾਂ। ਜਿਹਨੇ ਨਹੀਂ ਵੀਡੀਓ ਦੇਖੀ ਸੀ ਥਾਰ ਮੋਡੀਫਾਈ ਵਾਲੀ, ਉਹ ਵੀ ਯਾਰ ਜ਼ਰੂਰ ਜਾ ਕੇ ਦੇਖ ਲਿਓ, ਚੈਨਲ 'ਤੇ ਪਈ ਹੋਈ ਆ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ, ਉਹ ਵੀ ਯਾਰ ਜ਼ਰੂਰ ਦੇਖ ਲਿਓ ਗਾਈਜ਼। ਅਤੇ ਹੁਣ ਆਪਾਂ ਚੱਲਦੇ ਹਾਂ ਯਾਰ ਉੱਥੇ ਲੈ ਕੇ ਆਪਣਾ ਪੂਰਾ ਦੇਸੀ ਕੰਮ ਆ, ਤੁਹਾਨੂੰ ਪਤਾ ਵਾ। ਤੁਸੀਂ ਵੀ ਕਹਿੰਦੇ ਹੁਣ ਬਾਕੀ ਗੱਡੀਆਂ ਇਹਦੀਆਂ ਕਿੱਥੇ ਗਈਆਂ ਗਾਈਜ਼, ਇਹਦੀਆਂ ਬਾਕੀ ਗੱਡੀਆਂ ਯਾਰ ਆਪਾਂ ਵੇਚਤੀਆਂ ਸੀਗੀਆਂ। ਅਤੇ ਬਾਕੀ ਛੱਡੋ, ਤੁਸੀਂ ਥਾਰ ਦਾ ਲੁੱਕ ਚੈੱਕ ਕਰੋ ਯਾਰ। ਓਏ ਹੋਏ ਹੋਏ ਹੋਏ, ਥਾਰ ਆਪਾਂ ਗਾਈਜ਼ ਉੱਤੋਂ ਦੀ ਕਰਾਤੀ ਸੀ ਲੰਡੀ ਲੰਡੀ, ਇਹ ਤੁਹਾਨੂੰ ਦੇਖਣ 'ਚ ਲੰਡੀ ਲੱਗਦੀ ਪਈ, ਪਰ ਉੱਤੇ ਇਹਦੇ ਗਲਾਸ ਲੱਗਿਆ ਹੋਇਆ, ਜਿੱਥੇ ਮਾਈਕਲ ਆਪਣਾ ਫਰੈਂਕਲਿਨ ਬੈਠਾ ਨਾ, ਉੱਥੇ ਗਲਾਸ ਲੱਗਿਆ ਹੋਇਆ ਉੱਤੇ, ਅਤੇ ਉਹ ਤੁਹਾਨੂੰ ਦਿਖਣਾ ਨਹੀਂ ਹੈਗਾ, ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਪਹਾੜ 'ਤੇ। ਮੈਂ ਹੋਪ ਕਰਦਾ ਕਿ ਥੋੜ੍ਹਾ ਜਿਹਾ ਅੱਗੇ ਜਾ ਕੇ ਮੀਂਹ ਹਟ ਜਾਵੇ, ਕਿਉਂਕਿ ਜੇ ਨਾ ਹਟਿਆ ਤਾਂ ਫਿਰ ਤੁਹਾਨੂੰ ਪਤਾ ਹੀ ਆ, ਦੇਖੋ ਆਹੀ ਕੰਮ ਹੋਣਾ ਜੇ ਨਾ ਹਟਿਆ ਤਾਂ, ਟਾਇਰ ਸਲਿੱਪ ਕਰਨਗੇ ਅਤੇ ਕੰਮ ਹੋ ਜਾਣਾ ਖਰਾਬ। ਲੈਟ ਆਪਾਂ ਚਲਾ ਲੈਂਦੇ ਹਾਂ। ਓਏ ਹੋਏ 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 ਹੋਏ, ਸਿਰਾ ਕੰਮ ਹੋਇਆ ਪਿਆ ਨਾ ਮੁੰਡਿਓ, ਦੇਖੀ ਮੁੰਡਿਆ ਥੱਲੇ ਨਾ ਆ ਜੀ, ਥਾਰ ਆਪਣੇ ਕੋਲ, ਉਹ ਵੀ ਸਾਈਡ ਦੇ ਦਿਓ, ਸਾਈਡ ਦੇ ਦਿਓ, ਸਾਈਡ ਦੇ ਦਿਓ ਮੁੰਡਿਓ, ਸਾਈਡ ਦੇ ਦਿਓ ਸਾਨੂੰ, ਆਪਾਂ ਜਾਣਾ ਅੱਗੇ। ਮਾਰਕ ਲਾ ਹੀ ਲੈਂਦੇ ਹਾਂ ਸਾਈਡ 'ਤੇ ਰੋਕ ਕੇ ਨਾ, ਮਾਰਕ ਲਾ ਲੈਂਦੇ ਹਾਂ, ਕਿਉਂਕਿ ਐਵੇਂ ਕਿਤੇ ਹੋਰ ਹੀ ਨਾ ਚੱਲ ਜਾਈਏ ਆਪਾਂ। ਆਪਾਂ ਅੱਜ ਜਾਵਾਂਗੇ ਇੱਧਰੋਂ ਦੀ, ਇੱਥੋਂ ਹੀ ਜਾਵਾਂਗੇ ਅੱਜ, ਤਾਂ ਸਵਾਦ ਆਊ ਪੂਰਾ ਇੱਧਰੋਂ ਜਾਣ ਦਾ। ਮੈਂ ਹੋਰ ਹੀ ਜਾਈ ਜਾਂਦਾ ਜੀ ਕਿਤੇ, ਰਸਤਾ ਕਿੱਧਰੋਂ ਨਿਕਲਦਾ ਪਿਆ, ਉੱਤੋਂ ਕੋਈ ਰਸਤਾ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ, ਇੱਥੇ ਹੀ ਆ। ਚਲੋ ਮੁੰਡੇ ਘੁਮਾਉਣੀ ਪੈਣੀ, ਸ਼ੁਕਰ ਆਪਾਂ ਲਾ ਲਿਆ ਸੀਗਾ ਮਾਰਕ, ਨਹੀਂ ਤਾਂ ਕੰਮ ਹੋ ਜਾਣਾ ਸੀ ਖਰਾਬ। ਹੁਣ ਚੱਲਦੇ ਹਾਂ ਮੱਠੀ ਮੱਠੀ ਚਾਲ ਦੇ ਵਿੱਚ, ਅਤੇ ਲੋਕਾਂ ਨੂੰ ਦਿਖਾਉਂਦੇ ਆਪਣੀ ਥਾਰ, ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ ਥਾਰ, ਦੇਖ ਸਕਦੇ ਹੋ ਯਾਰ ਆਪਣੀ। ਅਲਾਏ ਵਾਲੇ ਕੰਮ ਤਾਂ ਸਿਰਾ ਕਰਾਇਆ ਪਿਆ, ਲਓ ਜੀ ਮੁੰਡੇ ਅਲਾਏ ਵਾਲਾ ਕੰਮ ਦੇਖ ਲਓ ਤੁਸੀਂ। ਮੈਂ ਤਾਂ ਹੀ ਕਹਿੰਦਾ ਵੀਡੀਓ ਵੀਡੀਓ ਲਾਈਕ ਕਰ ਦਿਆ ਕਰੋ ਯਾਰ, ਇੱਦਾਂ ਦੇ ਘੈਂਟ ਘੈਂਟ ਜੇ ਗੇਮ ਪਲੇ ਤੁਹਾਡੇ ਲਈ ਆਉਂਦੇ ਰਹਿਣੇ ਆ, ਤਾਂ ਆਪਾਂ ਟੈਨਸ਼ਨ ਕੋਈ ਨਹੀਂ ਲੈਣੀ, ਆਰਾਮ ਨਾਲ ਜਾਵਾਂਗੇ ਉੱਤੇ। ਕਿਉਂਕਿ ਜੇ ਆਪਾਂ ਤੇਜ਼ ਚਲਾਵਾਂਗੇ ਮੀਂਹ ਦੇ ਵਿੱਚ, ਐਵੇਂ ਸਾਡੀ ਥਾਰ ਐਵੇਂ ਵੱਜ ਵੁੱਜ ਗਈ ਕਿਤੇ, ਖਰਚਾ ਪੈ ਜਾਣਾ ਮੋਟਾ, ਤਾਂ ਇਹ ਵੀ ਗੱਡੀ ਫਿਰ ਆਪਾਂ ਨੂੰ ਵੇਚਣੀ ਪੈਣੀ ਆ, ਕਿਉਂਕਿ ਰਿਪੇਅਰ ਤਾਂ ਹੋਣੀ ਨਹੀਂ ਆਪਣੇ ਤੋਂ, ਫਰੈਂਕਲਿਨ ਜੱਟ ਕੋਲ ਪੈਸੇ ਹੈ ਨਹੀਂ ਗੇ। ਅਤੇ ਅੱਜ ਆਪਣੇ ਫਰੈਂਕਲਿਨ ਜੱਟ ਨੇ ਪੱਗ ਨਹੀਂ ਬੰਨ੍ਹੀ, ਉਹਦਾ ਰੀਜ਼ਨ ਆ ਕਿ ਪੱਗ ਗਿੱਲੀ ਹੋ ਜਾਣੀ ਸੀ ਯਾਰ ਮੁੰਡਿਓ, ਜੇ ਬਾਹਰ ਨਿਕਲਦਾ ਮੁੰਡਾ ਪੱਗ ਪੁੱਗ ਗਿੱਲੀ ਹੋ ਜਾਣੀ ਸੀ। ਬਾਲਾਂ ਦਾ ਤਾਂ ਕਹਿੰਦਾ ਕੋਈ ਚੱਕਰ ਨਹੀਂ ਹੈਗਾ, ਖੁੱਲ੍ਹੇ ਅੱਜ ਛੱਡ ਦਿੰਦੇ ਹਾਂ ਬਾਲ, ਮਿੱਡੀਆਂ ਕੀਤੀਆਂ ਹੋਈਆਂ ਵੈਸੇ ਇਹਨੇ ਬਾਲਾਂ 'ਤੇ ਮੀਂਹ ਕਰਕੇ।
ਓਏ ਹੋਏ 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 ਓਏ ਹੋਏ 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 ਕਾਹੀ ਸਾਹਿਬ ਮੌਸਮ ਬੜਾ ਕਿ ਯਾਰ ਖਤਰਨਾਕ ਜਿਹਾ ਹੋਇਆ ਪਿਆ। ਮੌਸਮ ਵਾਲੇ ਕੰਮ 'ਤੇ ਲਾਈਕ ਕਰ ਦਿਓ ਯਾਰ, ਇੱਕ ਤੁਸੀਂ ਲਾਈਕ ਲੂਈਕ ਘੱਟ ਹੀ ਕਰ ਦਿਓ ਯਾਰ, ਤਾਂ ਮੇਰਾ ਦਿਲ ਜਿਹਾ ਨਹੀਂ ਕਰਦਾ ਨਾ ਵੀਡੀਓ ਬਣਾਉਣ ਨੂੰ, ਨਾ ਤੁਸੀਂ ਸ਼ੇਅਰ ਕਰ ਦਿਓ। ਲਓ ਜੀ ਕੰਮ ਹੋ ਗਿਆ, ਆਪਣੀ ਥਾਰ ਨੂੰ ਕੁਛ ਨਹੀਂ ਹੋਇਆ, ਥੋੜ੍ਹੀ ਵੱਜੀ ਸੀਗੀ, ਉਹ ਮੁੰਡੇ ਦਾ ਸ਼ੀਸ਼ਾ ਟੁੱਟ ਗਿਆ, ਚਲੋ ਕੋਈ ਚੱਕਰ ਨਹੀਂ, ਆਪਣਾ ਨਹੀਂ ਟੁੱਟਿਆ। ਹੌਲੀ ਚਲਾ ਓਏ, ਹੁਣ ਹਲੇ ਵੀ ਨਹੀਂ ਅੜਦਾ। ਚਲੋ ਜੀ ਆ ਪਿਛਲੀ ਲਾਈਟ ਬੰਦ ਕਰ ਦਈਏ, ਹਾਂ ਪਿੱਛੇ ਵਾਲੀ ਲਾਈਟ ਬੰਦ ਕਰ ਦਿੰਦੇ ਹਾਂ, ਅੱਗੇ ਵਾਲੀ ਵੀ ਹੋਊਗੀ ਮੇਰੇ ਹਿਸਾਬ ਨਾਲ, ਲਾਈਟ ਬੰਦ ਜਗਾਈ ਲੈਂਦੇ ਹਾਂ। ਨਹੀਂ ਯਾਰ ਬੰਦ ਹੀ ਠੀਕ ਆ, ਅੱਖਾਂ 'ਚ ਪੈਂਦੀ ਆ। ਓਏ ਹੋਏ ਹੋਏ ਬਿਜਲੀ ਦੇਖੋ ਯਾਰ, ਸ਼ਿਟ ਗਾਈਜ਼ ਇਹਦੀ ਸਟਿੱਪਣੀ ਨਹੀਂ ਚੇਂਜ ਕਰਾਈ, ਉਹਦਾ ਇਹ ਰੀਜ਼ਨ ਆ ਯਾਰ, ਆਪਣੇ ਕੋਲ ਪੈਸੇ ਨਹੀਂ ਸੀਗੇ, ਸਟਿੱਪਣੀ ਚੇਂਜ ਨਹੀਂ ਕਰਾਈ, ਉਹ ਪੈਸੇ ਨਹੀਂ ਸੀਗੇ, ਚੱਕਰ ਪੈਸਿਆਂ ਦਾ ਪੈ ਗਿਆ, ਹੋਰ ਨਹੀਂ ਕੋਈ ਚੱਕਰ ਹੋਇਆ, ਪੈਸਿਆਂ ਦਾ ਚੱਕਰ ਪੈ ਗਿਆ, ਨਹੀਂ ਤਾਂ ਸਟਿੱਪਣੀ ਵੀ ਆਪਾਂ ਨਾਲ ਹੀ ਚੇਂਜ ਕਰਾਉਣੀ, ਕਿਉਂਕਿ ਗਾਈਜ਼ ਇਹ ਜਿਹੜੇ ਅਲਾਏ ਆ ਨਾ ਵਿਦ ਟਾਇਰ ਬਹੁਤ ਮਹਿੰਗੇ ਯਾਰ, ਵੈਰੀ ਐਕਸਪੈਂਸਿਵ ਟਾਇਰ ਸੀਗੇ, ਤਾਂ ਕਰਕੇ ਸਟਿੱਪਣੀ ਆਪਾਂ ਚੇਂਜ ਨਹੀਂ ਕਰਾਈ, ਕਿਉਂਕਿ ਇੱਕ ਸਟਿੱਪਣੀ ਦਾ ਸਾਨੂੰ ਦੇਣਾ ਪੈਂਦਾ ਸੀ 1.5 ਲੱਖ ਰੁਪਈਆ, ਇੱਕ ਟਾਇਰ ਸਾਨੂੰ 1.5 ਲੱਖ ਦਾ ਪਿਆ ਵਾ, ਅਤੇ ਹੁਣ ਤੁਸੀਂ ਹਿਸਾਬ ਲਾ ਲਓ 4 ਟਾਇਰ ਪਵਾਏ ਆਪਾਂ, ਉਸ ਹਿਸਾਬ ਨਾਲ ਕਿੰਨੇ ਪੈਸੇ ਬਣਦੇ ਆ, ਹੈ ਨਾ। ਅਤੇ ਬਾਕੀ ਰੋਡ ਸਾਰੇ ਗਿੱਲੇ ਪਏ ਆ, ਬਾਕੀ ਥਾਰ ਦੀ 280 'ਤੇ ਚੱਲਦੀ ਪਈ ਆ, 280 'ਤੇ ਚੱਲਦੀ ਪਈ ਆ, ਮੈਨੂੰ ਪਤਾ ਹੀ ਨਹੀਂ ਸੀ, ਸ਼ਿਟ। ਓਏ ਹੋਏ ਹੋਏ, ਜਿੱਦਾਂ ਕਿ ਮੈਂ ਕਹਿੰਦਾ ਪਿਆ ਸੀਗਾ ਕਿ ਜਿਹੜੇ 1 ਟਾਇਰ ਆ 1.5 ਲੱਖ ਦਾ ਪਿਆ ਆਪਾਂ ਨੂੰ ਥਾਰ ਦਾ, ਅਤੇ ਉਵੇਂ ਤੁਸੀਂ ਲਾ ਲਓ ਬਾਕੀ ਸਾਰੀ ਮੋਡੀਫਿਕੇਸ਼ਨ ਕਰਾਉਣੀ ਸੀ, ਤਾਂ ਆਪਾਂ ਥਾਰ ਦਾ ਟਾਇਰ ਜਿਹੜਾ ਮਗਰਲਾ ਰਹਿਣਤਾ। ਕੋਈ ਨਹੀਂ, ਇਹ ਵੀ ਯਾਰ ਆਪਾਂ ਇਨ ਫਿਊਚਰ ਚੇਂਜ ਕਰਾਵਾਂਗੇ, ਤੁਸੀਂ ਟੈਨਸ਼ਨ ਨਾ ਲਓ। ਅਤੇ ਥਾਰ ਆਪਣੀ ਚਿੱਟੇ ਰੰਗ 'ਚ ਕਿਹੋ ਜਿਹੀ ਲੱਗਦੀ ਵੀ, ਜੇ ਕਾਲੀ ਕਰਨੀ ਮੈਨੂੰ ਕਾਲੀ ਦੱਸ ਦਿਓ, ਵੈਸੇ ਤਾਂ ਤੁਹਾਨੂੰ ਕਾਲੀ ਜ਼ਿਆਦਾ ਪਸੰਦ ਆਉਂਦੀ ਆ, ਮੇਰੇ ਹਿਸਾਬ ਨਾਲ ਕਈ ਮੇਰੇ ਭਰਾਵਾਂ ਨੂੰ ਕਾਲੀ ਜ਼ਿਆਦਾ ਵਧੀਆ ਲੱਗਦੀ ਆ, ਬਟ ਕੋਈ ਨਹੀਂ ਯਾਰ ਮੁੰਡੇ, ਉਹ ਕਾਲੀ ਵੀ ਕਰਾ ਦਾਂਗੇ ਯਾਰ, ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਆਪਣੇ ਕੋਲ। ਦੇਖੋ ਆਪਣਾ ਫਰੈਂਕਲਿਨ ਜੱਟ ਕੰਮ ਕਰੀ ਜਾਂਦਾ ਯਾਰ ਆਪਣਾ, ਹੁਣ ਇਹ ਥੋੜ੍ਹਾ ਚੋਰੀ ਵਾਲੇ ਪਾਸੇ ਘੱਟ ਧਿਆਨ ਦੇ ਰਿਹਾ, ਆਪਣਾ ਕੰਮ 'ਤੇ ਲੱਗਿਆ ਹੋਇਆ ਇਹ, ਤਾਂ ਇਹ ਥੋੜ੍ਹਾ ਦੇਖ ਸੋਚ ਕੇ ਆਪਣਾ ਖਰਚਦਾ ਪੈਸੇ, ਤਾਂ ਬਾਹਲੀ ਗੱਲ ਨਹੀਂ ਹੈਗੀ ਯਾਰ। ਉਹ ਵੀ ਇਹਨੇ ਪਵਾ ਹੀ ਲੈਣਾ ਸੀ, ਪਰ ਇਹਨੇ ਕਿਹਾ ਚੱਲ ਕੋਈ ਸਾਈਡ 'ਤੇ ਪੈਸੇ ਵੀ ਹੋਣੇ ਚਾਹੀਦੇ ਆ, ਹੁਣ ਇਹ ਕੋਲ ਟੋਟਲੀ 2.5-3 ਲੱਖ ਰੁਪਈਆ ਪਿਆ ਵਾ। ਹੁਣ ਜੇ ਹੁਣ ਦੇ ਖਰਚੇ ਵੀ ਕਰਨੇ ਆਪਣੇ, ਤਾਂ ਉਹ ਵੀ ਦੇਖਣੇ ਪੈਣੇ ਆਪਾਂ ਨੂੰ, ਅਤੇ ਮੈਨੂੰ ਐਂ ਕਿਉਂ ਲੱਗੀ ਜਾਂਦਾ ਮੈਂ ਬਾਹਲਾ ਅੱਗੇ ਆ ਗਿਆ ਗੱਲਾਂ ਦੇ ਵਿੱਚ, ਅਤੇ ਬਾਹਲਾ ਅੱਗੇ ਕੀ ਬਾਹਲਾ ਹੀ ਅੱਗੇ ਆ ਗਿਆ ਮੁੰਡਿਓ, ਉਹ ਬਾਹਲਾ ਹੀ ਅੱਗੇ ਆ ਗਿਆ ਮੈਂ ਜ਼ਿੰਦਗੀ ਦੇ ਵਿੱਚ ਮੁੰਡਿਓ, ਜ਼ਿਆਦਾ ਅੱਗੇ ਆ ਗਏ ਯਾਰ ਆਪਾਂ। ਰੁਕੋ ਯਾਰ ਵਾਪਸ ਪਾਉਣੀ ਪੈਣੀ ਆ ਗੱਡੀ ਗੱਲਾਂ ਦੇ ਵਿੱਚ, ਰੁਕੋ ਯਾਰ ਮੈਂ ਨਾ ਉੱਥੇ ਪਹੁੰਚ ਕੇ ਮਿਲਦੇ ਆਪਾਂ। ਤਾਂ ਲੋ ਵੀ ਮੁੰਡਿਓ ਪਹਾੜ 'ਤੇ ਪਹੁੰਚ ਚੁੱਕੇ ਹਾਂ, ਅਤੇ ਇੱਥੋਂ ਆਪਾਂ ਚਾੜ੍ਹਨੀ ਆ ਗੱਡੀ, ਜੇ ਇੱਥੋਂ ਨਹੀਂ ਚਾੜ੍ਹਨੀ ਤਾਂ ਅੱਗੇ ਰਸਤਾ ਹੈਗਾ ਵੈਸੇ, ਅੱਗੇ ਉਹ ਚੱਲਦੇ ਵੈਸੇ, ਆਪਾਂ ਹਰ ਵਾਰ ਇੱਥੋਂ ਹੀ ਚਾੜ੍ਹਦੇ ਹੁੰਦੇ ਹਾਂ ਗੱਡੀ ਨੂੰ, ਅੱਗੇ ਚੱਲਦੇ ਹਾਂ ਯਾਰ, ਅੱਗੇ ਰਸਤਾ ਹੈਗਾ ਕੋਈ। ਓਏ ਹੋਏ ਹੋਏ ਓਏ ਹੋਏ ਹੋਏ, ਥਾਰ ਤਾਂ ਜਮ੍ਹਾਂ ਲੈ ਵੀ ਐ ਜਮ੍ਹਾਂ ਸਿਰਾ ਬੁੱਕਦੀ ਜਾਂਦੀ ਹੈ, ਤਾਂ ਸਿਰਾ ਥਾਰ ਆ ਯਾਰ ਆਪਣੀ। ਓਏ ਹੋਏ 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 ਯਾਰ, ਨਜ਼ਾਰੇ ਆ ਜਾਂਦੇ ਥਾਰ ਚਲਾ ਕੇ, ਮੈਂ ਸਹੀ ਦੱਸਾਂ ਤੁਹਾਨੂੰ, ਇੱਦਾਂ ਦੇ ਘੈਂਟ ਘੈਂਟ ਗੇਮ ਪਲੇ ਦੇਖਣ ਲਈ ਯਾਰ ਸਬਸਕ੍ਰਾਈਬ ਕਰੋ ਯਾਰ ਚੈਨਲ ਨੂੰ, ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ। ਆਪਾਂ ਸ਼ਾਮੀ ਡੇਲੀ 7 ਵਜੇ ਲਾਈਵ ਆਉਂਦੇ ਹੁੰਦੇ ਹਾਂ, 5-10 ਮਿੰਟ ਉੱਪਰ ਹੋ ਜਾਂਦੇ ਕਈ ਵਾਰ ਯਾਰ, ਅੱਧਾ ਘੰਟਾ ਵੀ ਉੱਪਰ ਹੋ ਜਾਂਦਾ, ਤਾਂ ਮੇਰਾ ਭਰਾ ਤਾਂ ਹੀ ਮੈਂ ਕਹਿੰਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ, ਅਤੇ ਬੈੱਲ ਨੋਟੀਫਿਕੇਸ਼ਨ ਔਨ ਕਰ ਲਿਓ, ਉਈ ਹੋਈ 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 ਹੋਈ, ਤਾਂ ਕਿ ਤੁਹਾਨੂੰ
ਗੇਮ ਪਲੇ ਟਾਈਮ ਤੋਂ ਟਾਈਮ ਮਿਲਦੇ ਰਹਿਣ, ਨੋਟੀਫਿਕੇਸ਼ਨ ਆਉਂਦੀ ਰਹੇ, ਅਤੇ ਜਦੋਂ ਆਪਾਂ ਲਾਈਵ ਆਈਏ ਤਾਂ ਉਦੋਂ ਵੀ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਰਹੇ। ਤਾਂ ਗਾਇਸ ਦੇਖਿਆ ਸੀਗਾ ਕਿਆ ਸਿਰਾ ਗੱਲਬਾਤ ਆਪਣੀ ਥਾਰ ਦੇ ਵਿੱਚ, ਓਏ ਹੋਏ ਹੋਏ ਤਬਾਹੀ ਆ ਬਾਈ, ਤਬਾਹੀ ਜਮਾਂ ਹੀ ਇਹ ਤਾਂ ਨਿਰੀ। ਓਏ ਹੋਏ ਹੋਏ ਬਿਜਲੀ ਨਾ ਗਿਰ ਜੇ ਆਪਣੇ, ਤਾਂ ਮੈਨੂੰ ਤਾਂ ਟੈਂਸ਼ਨ ਪਈ ਹੋਈ ਆ। ਚਲੋ ਥਾਰ ਤਾਂ ਆਪਣੀ ਚਿੱਟੀ ਹੋਈ ਆ, ਓਏ ਮੈਂ ਕਿਤੇ ਝਾੜੀਆਂ ਨੇ, ਥਾਰ ਗੰਦੀ ਹੋ ਗਈ ਗਾਈ ਸਾਈਡ ਤੋਂ ਯਾਰ, ਆਪਣੀ ਮਿੱਟੀ ਮਿੱਟੀ ਹੋ ਜਾਣੀ ਯਾਰ ਉੱਤੇ ਜਾਂਦੇ ਜਾਂਦੇ। ਥਾਰ ਤਾਂ ਕੋਈ ਚੱਕਰ ਨਹੀਂ, ਥਾਰ ਤਾਂ ਆਪਣੀ ਧਵਾ ਹੀ ਲਵਾਂਗੇ, ਕਿਉਂਕਿ ਧਵਾਉਣੀ ਤਾਂ ਪੈਣੀ ਹੋਈ, ਕਿਉਂਕਿ ਮੀਂਹ ਨਾ ਤਾਂ ਹੋਣੀ ਨਹੀਂ ਸਾਫ਼, ਤੁਹਾਨੂੰ ਪਤਾ ਹੀ ਆ ਯਾਰ ਗੱਡੀ ਤਾਂ ਧਵਾਉਣੀ ਪੈਂਦੀ ਹੋਈ ਆ। ਤਾਂ ਬਾਕੀ ਆਪਣੀ ਥਾਰ ਜਿਹੜੀ ਆ ਬੁੱਕਦੀ ਜਾ ਰਹੀ ਆ, ਜਮ੍ਹਾਂ ਸਿਰਾ ਲਾਉਂਦੀ ਜਾ ਰਹੀ ਆ, ਤਾਂ ਕਿ ਸਵਾਦ ਪੂਰਾ ਆ ਰਿਹਾ ਮੈਨੂੰ ਗਾਈਜ਼, ਅਤੇ ਤੁਹਾਨੂੰ ਵੀ ਮੈਂ ਹੋਪ ਕਰਦਾ ਸਵਾਦ ਆ ਰਿਹਾ ਹੋਵੇ। ਅਤੇ ਬੜੇ ਆਰਾਮ ਨਾਲ ਚੜੀ ਜਾਂਦੀ ਗਾਈਜ਼, ਦੇਖੋ ਮੀਂਹ ਵੀ ਪੈ ਰਿਹਾ ਵਾ, ਤਾਂ ਵੀ ਮੀਂਹ ਵੀ ਪੈ ਰਿਹਾ ਤਾਂ ਵੀ ਦੇਖੋ ਕਿੰਨੇ ਪਿਆਰ ਨਾਲ ਚੜੀ ਜਾਂਦੀ ਆ। ਆਹ ਦੇਖੋ ਤੁਸੀਂ, ਮੈਂ ਤਾਂ ਆਹ ਦੇਖੋ 40-50 ਦੀ ਸਪੀਡ 'ਤੇ ਚੜੀ ਜਾਂਦੇ ਸਾਈਡ 'ਤੇ, ਤੁਹਾਨੂੰ ਇਹਦਾ ਮੀਟਰ ਦਿਖਦਾ ਹੋਣਾ ਵਾ। ਓਏ ਹੋਏ 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 ਓਏ ਹੋਏ 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 ਓਏ ਹੋਏ 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 ਕਿਆ ਬਾਤਾਂ ਨੇ, ਕਿਆ ਬਾਤਾਂ ਨੇ ਮੁੰਡਿਆ, ਸਵਾਦ ਆ ਗਿਆ ਜੀ। ਥਾਰ ਦਾ ਇੱਕ ਸਕਰੀਨਸ਼ੋਟ ਲੈ ਲਈਏ, ਇੱਥੇ ਲੈ ਲਈਏ, ਇੱਕ ਮਿੰਟ ਯਾਰ, ਥਾਰ ਦਾ ਨਾ ਸਕਰੀਨਸ਼ੋਟ ਲੈ ਲੈਂਦੇ ਹਾਂ ਇੱਥੇ ਹੀ, ਕਿ ਉੱਤੇ ਜਾ ਕੇ ਲਈਏ ਮੁੰਡਿਓ। ਬਾਈ ਮੈਨੂੰ ਤਾਂ ਇੱਥੋਂ ਫਿਊ ਜਾਂ ਘੈਂਟ ਲੱਗੀ ਜਾਂਦਾ ਇਹਦਾ, ਪਰ ਅੱਗੇ ਬਿਜਲੀ ਹੀ ਨਹੀਂ ਚਮਕਦੀ ਬਈ। ਆਪਾਂ ਇੱਥੇ ਉਤਰਦੇ ਹਾਂ ਯਾਰ, ਥਾਰ ਨੂੰ ਨਾ ਘੈਂਟ ਜਿਹੀ ਜਗ੍ਹਾ 'ਤੇ ਲਾ ਦਈਏ। ਓਏ ਹੋਏ ਹੋਏ ਥਾਰ ਦੇਖੋ ਗਾਈ, ਥੱਲੇ ਨਹੀਂ ਡਿੱਗਣ ਦੇਣੀ ਆਪਾਂ। ਊ ਸ਼ਿਟ ਗਾਈਜ਼, ਆ ਕੀ ਵਿਊ ਆ ਰਿਹਾ ਯਾਰ ਜ਼ਿੰਦਗੀ 'ਚ, ਤੁਸੀਂ ਦੇਖ ਸਕਦੇ ਹੋ ਯਾਰ। ਓਏ ਹੋਏ ਹੋਏ ਤਾਂ ਲੋ ਵੀ ਗਾਈਜ਼, ਸਕਰੀਨਸ਼ੋਟ ਆਪਾਂ ਲੈ ਲਿਆ ਹੋਇਆ ਤੁਹਾਡੇ ਲਈ, ਅਤੇ ਹੁਣ ਚੱਲਦੇ ਹਾਂ ਉੱਪਰ। ਤਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਯਾਰ ਉੱਪਰ ਜਾ ਕੇ ਨਜ਼ਾਰੇ ਕਿਹੋ ਜਿਹੇ, ਕਿਉਂਕਿ ਮੀਂਹ ਦੇਖੋ ਫੁੱਲ ਪਈ ਜਾਂਦਾ ਉੱਤੇ, ਨਜ਼ਾਰੇ ਲਾਲ ਲਾਲ ਹੋਇਆ ਪਿਆ, ਕਦੇ ਲਾਲ ਹੋ ਜਾਂਦਾ, ਕਦੇ ਚਿੱਟਾ ਹੋ ਜਾਂਦਾ, ਬਿਜਲੀ ਚਮਕਦੇ ਚਿੱਟਾ ਹੋ ਜਾਂਦਾ ਵਾ। ਬਾਕੀ ਦੇਖੋ ਤੁਸੀਂ ਲਿਸ਼ਕਾਰੇ ਪਈ ਜਾਂਦੇ ਆ, ਆਪਾਂ ਤੁਹਾਨੂੰ ਡਾਰਾ ਥੋੜ੍ਹਾ ਬਿਜਲੀ ਨਾ ਪੈ ਜੇ ਆਪਣੇ 'ਤੇ, ਕਿਉਂਕਿ ਹੁਣ ਤੁਹਾਨੂੰ ਪਤਾ ਇਹੋ ਜਿਹੇ ਕੇਸ ਬਾਹਲੇ ਆਈ ਜਾਂਦੇ ਆ ਲੋਸ ਐਂਟਸ ਦੇ ਵਿੱਚ, ਬਿਜਲੀ ਬੁਜਲੀ ਡਿੱਗੀ ਜਾਂਦੀ ਆ। ਅਤੇ ਅੱਜ ਚੱਲਦੇ ਹਾਂ ਯਾਰ ਉੱਥੇ, ਪਤਾ ਲੱਗ ਜੂ ਜਾ ਕੇ ਜ਼ਿੰਦਗੀ 'ਚ ਕੀ ਬਣਿਆ ਹੈ ਨਾ, ਅਤੇ ਹੁਣ ਦੇਖਦੇ ਹਾਂ ਉੱਥੇ ਜਾ ਕੇ। ਓਏ 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 ਦੇਖੀ ਮੁੰਡਿਆ ਥੱਲੇ ਨਾਲ ਲਾਹ ਦੀ ਕੱਚੇ 'ਚ, ਬਾਕੀ ਥਾਰ ਆਪਣੀ ਮੁੜਦੀ ਥੋੜ੍ਹੀ ਘੱਟ ਪਈ ਆ, ਪਤਾ ਨਹੀਂ ਕਿਉਂ, ਲੈਨਮੈਂਟ ਤਾਂ ਨਹੀਂ ਖਰਾਬ ਹੋ ਗਈ ਗਾਈਜ਼, ਪਿਛਲੀ ਵਾਰ ਵੀ ਲੈਨਮੈਂਟ ਜੀ ਖਰਾਬ ਹੋ ਗਈ ਯਾਰ ਇਹਦੀ, ਹੁਣ ਲੈਨਮੈਂਟ ਕਰਾਉਣ ਵਾਲੀ ਆ, ਕੋਈ ਚੱਕਰ ਨਹੀਂ ਬਈ, ਲੈਨਮੈਂਟ 'ਚ ਛੇਤੀ ਛੇਤੀ ਕਰਾਉਣੀ ਪੈਂਦੀ ਹੈ ਇਹਦੀ, ਮਤਲਬ ਛੇਤੀ ਛੇਤੀ ਕਿੰਨੀ ਛੇਤੀ, ਹੁਣ ਬਾਹਲੀ ਛੇਤੀ ਕਰਾਉਣੀ ਪੈਂਦੀ ਆ, ਹੁਣ ਕੀ ਕਰ ਸਕਦੇ ਹਾਂ ਨਾ। ਚਲੋ 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 ਮੁੰਡਿਆ ਪਹੁੰਚ ਚੁੱਕੇ ਹਾਂ ਯਾਰ ਆਪਾਂ, ਲੱਗਦਾ ਪਹਾੜ 'ਤੇ, ਜਾਂ ਤਾਂ ਹਾਲੇ ਦੂਰ ਆ, ਦੂਰ ਆ। ਓਏ ਹੋਏ ਸ਼ਿਟ ਯਾਰ, ਹਾਲੇ ਤਾਂ ਦੂਰ ਆ, ਆਪਾਂ ਦੂਜੇ ਰਸਤੇ ਤੋਂ ਆਏ ਆ ਨਾ, ਉਹ ਦੂਜੇ ਵਾਲਾ ਲੱਗ ਆ ਥੋੜ੍ਹਾ, ਅਤੇ ਉਹ ਥੋੜ੍ਹਾ ਹਾਰਡ ਵੀ ਆ, ਉਹ ਲੱਗ ਗਿਆ ਤਾਂ ਹਾਰਡ ਆ, ਮੈਂ ਇਸ ਕਰਕੇ ਉਹ ਲਾਗੇ ਵਾਲਾ ਲਾਉਣਾ ਘੱਟ ਆ ਯਾਰ, ਲਾਗੇ 'ਚ ਫਿਰ ਮਜ਼ਾ ਨਹੀਂ ਆਉਂਦਾ ਨਾ, ਅਸਲੀ ਆਫ ਰੋਡਿੰਗ ਟੈਸਟਿੰਗ ਉਦੋਂ ਦੂਰ 'ਚ ਹੋਵੇ। ਹੁਣ ਤੁਸੀਂ ਦੇਖ ਸਕਦੇ ਹੋ ਪੂਰੀ ਬਿਜਲੀ ਐਨ ਆ, ਤੜਕਦੀ ਭੜਕਦੀ ਬਿਜਲੀ, ਸਿਰਾ ਲਾਇਆ ਪਿਆ ਮੌਸਮ ਵਾਲੇ ਨੇ, ਅਤੇ ਓਏ ਹੋਏ ਹੋਏ ਸਿਰਾ ਕੰਮ। ਓਏ ਹੋਏ ਹੋਏ ਦੇਖੀ ਮੁੰਡਿਆ ਥੱਲੇ, ਆਹ ਕਿੱਧਰ ਘੁੰਮੀ ਜਾਂਦਾ ਮੀਂਹ 'ਚ, ਟਾਇਰ ਥੱਲੇ ਆ ਜਾਓ ਏ, ਸੋਰੀ ਆਹ ਥੋੜ੍ਹਾ ਕੰਮ ਗਲਤ ਹੋ ਗਿਆ, ਪਰ ਕੋਈ ਚੱਕਰ ਨਹੀਂ। ਓਏ ਹੋਏ ਹੋਏ ਕਾਈਜ਼, ਸਿਰਾ ਲਾਇਆ ਪਿਆ ਯਾਰ ਮੀਂਹ ਵਾਲਾ ਕੰਮ ਤਾਂ। ਪਹੁੰਚ ਕੇ ਮੁੰਡਿਓ ਥਾਰ ਲੈ ਕੇ ਉੱਪਰ, ਚਾੜਦੇ ਆ ਇੱਥੋਂ,
ਤੁਹਾਨੂੰ ਪਤਾ ਜਦ ਤੱਕ ਆਪਾਂ ਇੱਥੋਂ ਨਹੀਂ ਚਾੜਦੇ ਥਾਰ ਆਪਣੀ ਸਾਡੀ ਜਿਹੜੀ ਹੈਗੀ ਆ ਆਫ ਰੋਡਿੰਗ ਵਾਲਾ ਕੰਮ ਪੂਰਾ ਨਹੀਂ ਹੁੰਦਾ। ਹੁਣ ਲਓ ਜੀ ਕਾਈਸ, ਓਏ ਹੋਏ ਹੋਏ, ਲਓ ਵੀ ਮੁੰਡਿਓ ਪਹੁੰਚ ਚੁੱਕੇ ਆ ਪਹਾੜ ਦੇ ਉੱਤੇ। ਤਾਂ ਦੇਖ ਸਕਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ, ਓਏ ਹੋਏ ਹੋਏ ਓਏ ਹੋਏ ਹੋਏ, ਲਓ ਵੀ ਮੁੰਡਿਓ ਪਹਾੜ ਦੇ ਉੱਤੇ ਤਾਂ ਪਹੁੰਚ ਚੁੱਕੇ ਆ, ਅਤੇ ਦੇਖ ਸਕਦੇ ਹੋ ਆਪਣੀ ਥਾਰ। ਤਾਂ ਲਓ ਵੀ ਗਾਇਜ਼, ਵੀਡੀਓ ਆਪਾਂ ਇੱਥੇ ਖਤਮ ਕਰਦੇ। ਤੁਹਾਨੂੰ ਵੀਡੀਓ ਵਧੀਆ ਲੱਗੀ, ਵੀਡੀਓ ਕਰ ਦਿਓ ਲਾਈਕ, ਸ਼ੇਅਰ, ਕਮੈਂਟ ਕਰ ਦਿਓ। ਅਤੇ ਇਹਦੇ ਡੇਲੀ ਡੇਲੀ ਵੀਡੀਓ ਦੇਖਣ ਦੇ ਲਈ, ਮਤਲਬ ਇੱਕ ਦਿਨ ਛੱਡ ਕੇ ਪਾਉਂਦਾ ਵਾਂ, ਫਿਰ ਵੀ ਮੈਂ ਡੇਲੀ ਪਾਣੀ ਸ਼ੁਰੂ ਕਰੂੰਗਾ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ। ਅਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਵਿੱਚ। ਟਿਲ ਦੈਨ ਗੁੱਡ ਬਾਏ, ਸਬਸਕ੍ਰਾਈਬ ਕਰ ਲਿਓ ਇਹ ਚੈਨਲ ਨੂੰ।